ਚੜ੍ਹਦੀ ਸਵੇਰ ਹਰਚਵਾਲ ਦੇ ਨਜ਼ਦੀਕ ਭਾਵਣੀ ਪੁੱਲ ਵਿਖੇ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ। ਮਾਸਟਰ ਗੁਰਜੀਤ ਸਿੰਘ ਜ਼ੋਨ ਪ੍ਰਧਾਨ ਮੇਰੀ ਪੀਰੀ ਹੈ ਜੀ। ਇਹ ਜਿਹੜਾ ਅੱਗੇ ਵੀ ਸਾਡਾ ਧਰਨਾ ਇਸੇ ਹਾਈਵੇ 'ਤੇ ਲੱਗਿਆ ਹੋਇਆ ਆ, ਇਹ ਪ੍ਰਸ਼ਾਸਨ ਕਿਸਾਨਾਂ ਨੂੰ ਹਨੇਰੇ 'ਚ ਰੱਖ ਕੇ ਆਉਣੇ ਪੌਣੇ ਥੋੜ੍ਹੇ ਬਹੁਤੇ ਰੇਟ ਦੇ ਕੇ ਅਤੇ ਨਿਸ਼ਾਨੀਆਂ ਦੇ ਬਹਾਨੇ ਧੱਕੇ ਨਾਲ ਜਿਹੜਾ ਆ ਇਹਦੇ 'ਤੇ ਕਬਜ਼ਾ ਕਰਨਾ ਚਾਹੁੰਦਾ ਆ, ਉਹਦੇ ਖਿਲਾਫ਼ ਹੀ ਜਿਹੜਾ ਸਾਡਾ ਅੱਜ ਦਾ ਧਰਨਾ ਇੱਥੇ ਆਇਆ। ਪਤਾ ਲੱਗਾ ਸੀ ਪ੍ਰਸ਼ਾਸਨ ਇੱਥੇ ਅੱਜ ਨਿਸ਼ਾਨੀਆਂ ਲਾਊ, ਕਬਜ਼ਾ ਲਾਊ, ਮਸ਼ੀਨਰੀ ਲੈ ਕੇ ਆਏ ਆ, ਉਹਦੇ ਵਾਸਤੇ ਉਹਦੀ ਰੋਕਥਾਮ ਲਈ ਸਾਨੂੰ ਜਿਹੜਾ ਪੂਰੇ ਜ਼ਿਲ੍ਹੇ ਨੂੰ ਇੱਥੇ ਹਾਜ਼ਰੀ ਦੇਣੀ ਪਈ ਹੈ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਬੋਲ ਰਿਹਾ। ਅੱਜ ਬਕਾਇਦਾ ਤੌਰ 'ਤੇ ਆਪਣੇ ਖੇਤਾਂ ਦੇ ਵਿੱਚ ਕਿਸਾਨ ਨੂੰ ਧਰਨਾ ਲਾਉਣਾ ਪੈ ਗਿਆ। ਜਿਹੜੇ ਖੇਤਾਂ ਦੇ ਵਿੱਚ ਉਹ ਖਾਦਾਂ ਪਾਉਂਦਾ, ਪੱਠੇ ਵੜਦਾ, ਜਾਂ ਆਪਣਾ ਮਾਲ ਡੰਗਰ ਚਾਲਦਾ, ਜਾਂ ਖੇਤਾਂ ਦੇ ਵਿੱਚ ਉਹਦੇ ਘਰ ਆ, ਮਸਲਾ ਕੀ ਆ, ਮੁੱਦਾ ਕੀ ਆ, ਵੀ ਜਿਹੜਾ ਦਿੱਲੀ ਕਰਰਾ ਜੰਮੂ ਹਾਈਵੇ ਆ, ਨੈਸ਼ਨਲ ਹਾਈਵੇ, ਉਹ ਜ਼ਮੀਨਾਂ ਜਿਹੜੀਆਂ ਕੌਡੀਆਂ ਦੇ ਭਾਅ ਲਈਆਂ ਜਾ ਰਹੀਆਂ ਜਿਸ ਸਰਕਾਰ ਵੱਲੋਂ, ਕੇਂਦਰ ਦੀ ਅਤੇ ਪੰਜਾਬ ਸਰਕਾਰ ਵੱਲੋਂ, ਸਾਡੀ ਇੱਥੇ ਮੰਗ ਆ ਵੀ ਇਹਦਾ ਇੱਕ ਸਾਰ ਮੁਆਵਜ਼ਾ ਦਿੱਤਾ ਜਾਵੇ, ਕਿਤੇ 1.5 ਕਰੋੜ ਰੁਪਈਆ, ਕਿਤੇ 80 ਲੱਖ ਰੁਪਈਆ ਅਤੇ ਕਿਤੇ 35 ਲੱਖ ਰੁਪਈਆ। ਆਈਆਂ ਨੇ ਵਾਰਡ ਜਿਹੜਾ ਇੱਕ ਸਾਰ ਜਿਹੜਾ ਵਾਰਡ ਹੋਵੇ ਅਤੇ ਕਿਸਾਨਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਝਗੜੇ ਹੁੰਦੇ ਆ ਉਹਨਾਂ ਦੀ ਗਾਊਂ ਤਕਸੀਮ ਕਰਕੇ ਅਤੇ ਉਹ ਜਿਹੜਾ ਉਹਨਾਂ ਨੂੰ ਪੈਸੇ ਦੀ ਵੰਡ ਕੀਤੀ ਜਾਵੇ। ਜਿਹੜਾ ਕਿਸਾਨ ਦਾ ਕਬਜ਼ਾ ਵਾ, ਕਬਜ਼ੇ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਮਾਲਕ ਆ, ਉਹ ਵੇਖੋ ਉਹਨਾਂ ਦੋਵਾਂ ਨੂੰ ਰਾਜ਼ੀ ਕਰਕੇ ਜਿਹੜਾ ਇਹ ਪੈਸਾ ਦਿੱਤਾ ਜਾਵੇ। ਅਤੇ ਮਾਰਕੀਟ ਰੇਟ ਦਾ ਮੰਨ ਲਓ ਇੱਥੇ 25 ਲੱਖ ਮਾਰਕੀਟ ਰੇਟ ਆ, ਇਹਦਾ 4 ਗੁਣਾ ਦਿੱਤਾ ਜਾਵੇ, ਜਿਵੇਂ ਕਰੋੜ ਬਣਦਾ 30% ਜਾੜਾ ਪਤਾ ਦਿੱਤਾ ਜਾਵੇ। ਜਿਹੜੇ ਵਾਰਡ ਕੀਤੇ ਬਿਲਕੁਲ ਗਲਤ ਆ, ਵੱਖ ਵੱਖ ਤੌਰ 'ਤੇ ਇੱਥੇ ਆਏ ਐਸ ਡੀ ਐਮ ਆਉਂਦੇ ਰਹੇ ਆ, ਕਿਤੇ ਉਸੇ ਐਸ ਡੀ ਐਮ ਨੇ 40 ਲੱਖ ਕੀਤਾ ਅਤੇ ਉਸੇ ਐਸ ਡੀ ਐਮ ਉਸੇ ਲਾਗਲੀ ਜ਼ਮੀਨ ਦਾ 1 ਕਰੋੜ ਰੁਪਈਆ ਕਰ ਗਿਆ। ਇਹਦੇ ਨਾਲ ਸਾਡੇ ਜ਼ਮੀਨਾਂ ਦੀ ਜਿਹੜੀ ਡਿਵਾਈਡ ਹੋਣੀ ਆ, ਉਹਦੇ ਜਿਹੜੀਆਂ ਜ਼ਮੀਨਾਂ ਦੂਸਰੇ ਪਾਸੇ ਰਹਿ ਜਾਣੀਆਂ ਉਹਦਾ ਕਨੈਕਸ਼ਨ, ਉਹਨਾਂ ਨੂੰ ਪੂਰੇ ਪਾ ਕੇ ਪਾਣੀ ਲੰਘਾਉਣ ਦੀ ਗੱਲ ਆ। ਜਿਹੜਾ ਪੁਲ ਬਣਨਾ ਵਾ ਬੱਲੜਵਾਲ ਦੇ ਲਾਗੇ, ਉਹ ਪੁਲ ਤੋਂ ਕਿਸਾਨਾਂ ਦਾ ਵੱਖਰਾ ਲਾਂਘਾ ਜਿਹੜਾ ਕਮਾਦ ਲੈ ਕੇ, ਗੰਨਾ ਲੈ ਕੇ ਜਿਹੜਾ ਉਹ ਲੰਘਦਾ ਕੀਤਾ ਜਾਵੇ। ਇਸੇ ਤਰ੍ਹਾਂ ਹੋਰ ਮਸਲੇ ਜਿਹੜੇ ਸਾਨੂੰ ਐਕਸਪ੍ਰੈਸ ਜਿਹੜੇ ਵੇ ਦੇਣੇ ਆ, ਨਾਲ ਸਰਵਿਸ ਰੋਡ ਦੇਣੇ ਆ, ਉਹ ਕਿੰਨਾ ਪਿੰਡਾਂ ਨੇ ਪੁਲ ਦੇ ਥੱਲੋਂ ਦੀ ਲੰਘਣਾ। ਇੱਥੇ ਪਿੱਛੇ ਜਿਹੜੇ ਨਾ ਹਾਈਵੇ ਬਣਾਏ ਆ ਉਹਨਾਂ ਦੇ ਵਿੱਚ 10-10 ਪਿੰਡ ਜਿਹੜੇ ਦੂਰੋਂ ਦੂਰੋਂ ਆ ਕੇ ਇੱਕ ਪੁਲ ਦੇ ਥੱਲੋਂ ਦੀ ਆ ਕੇ ਕ੍ਰਾਸ ਕਰਦੇ ਆ। ਇਹ ਜਿਹੜੇ ਲੰਘੇ ਆ, ਇੱਕ ਇੱਕ ਪਿੰਡ ਨੂੰ ਲਾਗੇ ਪਾਸੇ ਜਿਹੜੇ ਆ ਦੋਵਾਂ ਪਾਸੇ ਜਿਹੜੇ ਦਿੱਤੇ ਜਾਣ, ਇਹ ਮੰਗਾਂ ਸਾਡੀਆਂ। ਅਤੇ ਇਹ ਗੱਲਾਂ ਬਾਤਾਂ ਸੁਣ ਕੇ ਇੱਥੇ ਸਾਡੇ ਐਸ ਡੀ ਐਮ ਸਾਹਿਬ ਬਟਾਲਾ ਆਏ ਸੀ, ਉਹ ਗੱਲਾਂ ਬਾਤਾਂ ਸੁਣ ਕੇ ਗਏ ਆ। ਅਸੀਂ ਕਿਹਾ ਸਾਡਾ ਮੰਗ ਪੱਤਰ ਉੱਤੇ ਭੇਜ ਦਿਓ, ਜੇ ਤੁਸੀਂ ਨਿਬੇੜ ਸਕਦੇ ਨਿਬੇੜ ਦਿਓ, ਜੇ ਤੁਸੀਂ ਮਤਾ ਨਹੀਂ ਨਿਬੇੜ ਸਕਦੇ ਤਾਂ ਫਿਰ ਸਾਡੀ ਗੱਲ ਭਗਵੰਤ ਮਾਨ ਨਾਲ ਸਾਡੀ ਮੀਟਿੰਗ ਕਰਾ ਦਿਓ, ਅਸੀਂ ਉੱਥੇ ਆਪੇ ਨਿਬੜ ਲਾਂਗੇ। ਉਹ ਗਏ ਆ ਗੱਲਬਾਤ ਕਰਨ, ਆਉਂਦੇ ਕਿ ਨਹੀਂ ਆਉਂਦੇ, ਜਿੰਨਾ ਚਿਰ ਉਹ ਇੱਥੇ ਨਹੀਂ ਆਉਂਦੇ ਆ ਕੇ ਵਿਸ਼ਵਾਸ ਨਹੀਂ ਦਿੰਦੇ ਸਾਡਾ ਧਰਨਾ ਜਿਹੜਾ ਇੱਥੇ ਜਾਰੀ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਪੰਜਾਬ ਸੂਬਾ ਗੁਰੂ ਲਖਵਿੰਦਰ ਸਿੰਘ ਵਰਿਆਮ ਬੋਲਦਾ ਜੀ। ਅੱਜ ਭਾਮੜੀ ਵਰਿੰਦਰ ਸਿੰਘ ਵਰਿਆਮੜੀ ਦੇ ਵਿੱਚ ਅਸੀਂ ਬੈਠੇ ਹਾਂ। ਇੱਥੇ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਜਿਹੜੇ ਐਕਸਪ੍ਰੈਸ ਹਾਈਵੇ ਨਿਕਲੇ ਆ ਉਹਦੀ ਜ਼ਮੀਨ ਦਾ ਦਖਲ ਲੈਣ ਵਾਸਤੇ ਆਏ ਸਨ, ਅਤੇ ਇੱਥੇ ਡਿਸਪਿਊਟ ਇਹ ਆ ਵੀ ਬਹੁਤ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਵਾ ਉਹ ਨਹੀਂ ਦਿੱਤਾ, ਸਹੀ ਨਹੀਂ ਦਿੱਤਾ ਗਿਆ। ਰੇਟ ਵੱਖ ਵੱਖ ਆ, ਕਿਤੇ 36 ਲੱਖ 65 ਹਜ਼ਾਰ ਆ, ਕਿਤੇ 78 ਲੱਖ ਆ, ਕਿਤੇ 1 ਕਰੋੜ 18 ਲੱਖ ਆ, ਕਿਤੇ 1 ਕਰੋੜ 45 ਲੱਖ। ਅਤੇ ਸਾਡਾ ਕਹਿਣਾ ਵਾ ਵੀ ਲੋਕਾਂ ਨੂੰ ਸਹੀ ਜਿਹੜਾ ਜਿਹੜਾ ਇਹਦਾ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਐਕਚੁਲੀ ਆ ਕਿ ਜੋ ਉੱਥੋਂ ਦਾ ਮਾਰਕੀਟ ਰੇਟ ਆ ਉਹਦਾ 4 ਗੁਣਾ ਪਲੱਸ 30% ਅਜਾੜਾ ਪੱਤਾ ਦਿੱਤਾ ਜਾਊਗਾ। ਸੋ ਇਹਦੇ ਤੋਂ ਸਰਕਾਰ ਵੱਖ ਵੱਖ ਜਿਹੜੇ ਰੇਟਾਂ ਦਾ ਕਰਕੇ ਆ, ਦੂਸਰੇ ਬਹੁਤ ਸਾਰੇ ਇਸੇ ਹੋਰ ਡਿਸਪਿਊਟ ਬਣਦੇ ਆ ਕਿ ਜਿਹਦੀ ਜ਼ਮੀਨ ਦੂਸਰੇ ਪਾਸੇ ਰਹਿ ਜਾਣੀਆਂ ਤਕੋਨਾ ਕੋਠੀਆਂ ਲੋਕਾਂ ਦੀਆਂ ਆ ਰਹੀਆਂ ਵਾ। ਆਹ ਵੀ ਵੇਖਣ 'ਚ ਆਇਆ, ਸੁਣਨ 'ਚ ਆਇਆ ਲੋਕਾਂ ਕੋਲੋਂ ਵੀ ਉਹ ਕਹਿੰਦੇ ਵੀ ਕਿਸੇ ਦੀ ਕੋਠੀ ਦੇ ਪੈਸੇ ਮਿਲ ਗਏ ਆ, ਕਿਸੇ ਨੂੰ ਕਹਿੰਦੇ ਆ ਵੀ ਤੈਨੂੰ ਜਗ੍ਹਾ ਦਾ ਪੈਸਾ ਦੇ ਦਾਂਗੇ, ਪਰ ਕੋਠੀ ਦਾ ਪੈਸਾ ਆਪਣੀ ਕੋਠੀ ਖੋਲ੍ਹ ਕੇ ਲੈ ਜਾ, ਆਪਣੀ ਇੱਟਾਂ ਖੋਲ੍ਹ ਕੇ ਲੈ ਜਾ। ਇਹ ਬਹੁਤ ਵੱਡਾ ਜਿਹੜੀਆਂ ਮੁਸ਼ਕਲਾਂ ਵਾ, ਜਿੰਨਾ ਚਿਰ ਲੋਕਾਂ ਦੇ ਨਾਲ ਬਹਿ ਕੇ ਸਰਕਾਰ ਫੈਸਲਾ ਨਹੀਂ ਕਰਦੀ, ਲੋਕਾਂ ਨੂੰ ਜਿਹੜਾ ਸੰਤੁਸ਼ਟ ਨਹੀਂ ਕਰਦੀ, ਉਹਨਾਂ ਚਿਰ ਇਹ ਜਿਹੜਾ ਵਾ ਧਰਨਾ ਵਗੈਰਾ ਜਿਹੜਾ ਉਹ ਚੱਲਦੇ ਰਹਿੰਦੇ ਆ। ਸਰਕਾਰ ਨੂੰ ਇਹਦੇ ਬਾਰੇ ਸੋਚਣਾ ਪੈਣਾ ਵਾ, ਉਹ ਛੇਤੀ ਨਿਬੇੜਨਾ ਕਿ ਜ਼ਿਆਦਾ। ਮੈਂ ਹਰਭਜਨ ਸਿੰਘ, ਪ੍ਰਧਾਨ ਜੋਨ ਅੱਚਲ ਸਾਹਿਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਬੋਲਦਾ ਜੀ। ਅੱਜ ਜਿਹੜਾ ਸਾਡਾ ਇਹ ਧਰਨਾ ਪਿੰਡ ਭਾਂਬੜੀ ਨਹਿਰ ਦੇ ਪੁਲ 'ਤੇ ਜਿਹੜਾ ਲੱਗਾ ਵਾ, ਇਹ ਸਾਡੇ ਜਿਹੜੇ ਇੱਥੋਂ ਦੀ ਐਕਸਪ੍ਰੈਸ ਵੇ ਜਿਹੜੇ ਲੰਘ ਰਹੇ ਦੋ, ਦਿੱਲੀ ਜੰਮੂ ਕਟਰਾ ਅਤੇ ਉਨੇ ਵਾਲਾ,
ਉੱਥੇ ਉਹਨਾਂ ਦੇ ਵਿੱਚ ਲੋਕਾਂ ਨੂੰ ਢੁੱਕਵੇਂ ਮੁਆਵਜ਼ੇ ਜਿਹੜੇ ਨਹੀਂ ਦਿੱਤੇ ਜਾ ਰਹੇ। ਕਿਸੇ ਨੂੰ 25 ਲੱਖ, ਕਿਸੇ ਨੂੰ 30 ਲੱਖ ਜਾਂ 40 ਲੱਖ, ਕਿਸੇ ਨੂੰ 60-70, ਇੱਦਾਂ ਜਿਹੜੇ ਮੁਆਵਜ਼ੇ ਜਿਹੜੇ ਆ ਦਿੱਤੇ ਜਾ ਰਹੇ ਆ। ਸਾਡੀ ਮੰਗ ਵਾ ਵੀ ਲੋਕਾਂ ਨੂੰ ਜਿਹੜਾ ਵਾ ਜੋ ਮਾਰਕੀਟ ਰੇਟ ਆ ਉਹਦਾ 4 ਗੁਣਾ ਪਲੱਸ 30% ਉਜਾੜਾ ਭੱਤਾ ਜਿਹੜਾ ਉਹ ਦਿੱਤਾ ਜਾਵੇ। ਜਿੱਥੇ ਲੋਕਾਂ ਦੇ ਮਕਾਨ ਆ ਜਾਂ ਕੋਈ ਦੁਕਾਨਾਂ ਵਾ ਜਾਂ ਕੋਈ ਕੋਠੀਆਂ ਜਿੱਦਾਂ ਦੀ ਪਏ ਆ, ਉਹਨਾਂ ਨੂੰ ਉਹਨਾਂ ਦੇ ਕਮਰਸ਼ੀਅਲ ਰੇਟ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ। ਪਰ ਸਰਕਾਰਾਂ ਲੋਕਾਂ ਦੀਆਂ ਜਿਹੜੀਆਂ ਲੋਕਾਂ ਨੂੰ ਦਬਾ ਕੇ ਜੇ ਲੋਕਾਂ ਨੂੰ ਕੁੱਟ ਕੇ ਜਿਹੜਾ ਵਾ ਇਹ ਕੰਮ ਕਰਨਾ ਚਾਹੁੰਦੀਆਂ। ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਹਮੇਸ਼ਾ ਲੋਕਾਂ ਦੇ ਹੱਕਾਂ ਵਾਸਤੇ ਖੜੀ ਹੁੰਦੀ ਆਈ ਆ ਅਤੇ ਅੱਜ ਵੀ ਖੜੀ ਆ। ਲਗਾਤਾਰ 55 ਦਿਨ ਤੋਂ ਸਾਡਾ ਧਰਨਾ ਇਸੇ ਰੋਡਾਂ ਦੇ ਖਿਲਾਫ ਜਿਹੜਾ ਵਾ ਪਿੰਡ ਮਾੜੀ ਟਾਂਡੇ ਲਗਾਤਾਰ ਚੱਲ ਰਿਹਾ। ਕੱਲ੍ਹ ਰੋਜ਼ ਤੋਂ ਸਾਨੂੰ ਪਤਾ ਲੱਗਾ ਵੀ ਇੱਥੇ ਪ੍ਰਸ਼ਾਸਨ ਜਿਹੜਾ ਮੱਕੀ ਵਾਲੀ ਜਗ੍ਹਾ ਵਾ ਇੱਥੇ ਜਬਰੀ ਜਿਹੜਾ ਵਾ ਉਹ ਨਿਸ਼ਾਨਦੇਹੀ ਕਰਨ ਆ ਰਹੀ ਆ। ਉੱਥੇ ਜਦੋਂ ਸਾਨੂੰ ਪਤਾ ਲੱਗਾ ਪੂਰਾ ਸਾਡਾ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਵਾ ਉਹ ਰਾਤ ਹੀ ਸਾਨੂੰ ਖਬਰ ਮਿਲੀ ਅਤੇ ਸਵੇਰ ਮਨੇਰ ਤੋਂ ਆ ਕੇ ਇੱਥੇ ਅਸੀਂ ਬੈਠੇ ਹਾਂ। ਸਾਡੇ ਸੂਬੇ ਦੇ ਆਗੂ ਵੀ ਇੱਥੇ ਪਹੁੰਚੇ ਆ ਅਤੇ ਪੂਰਾ ਪੰਜਾਬ ਸਾਡੀ ਜਥੇਬੰਦੀ ਪੰਜਾਬ ਪੱਧਰੀ ਆ, ਪੂਰਾ ਪੰਜਾਬ ਹਾਈ ਅਲਰਟ 'ਤੇ ਆ। ਜੇਕਰ ਇਹਨਾਂ ਨੇ ਸਾਡੇ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਬਰੀ ਜ਼ਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਦਾ ਰੋਸ ਵੇਖਣ ਨੂੰ ਮਿਲੂਗਾ। ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਲੋਕਾਂ ਨੂੰ ਜਿਹੜਾ ਵਾ ਉਹ ਢੁੱਕਵਾਂ ਮੁਆਵਜ਼ਾ ਦੇ। ਲੋਕਾਂ ਦੇ ਜਿੰਨੇ ਬਣਦੇ ਹੋਰ ਮੰਗ ਮਸਲੇ ਆ, ਜਿਸ ਤਰ੍ਹਾਂ ਜ਼ਮੀਨਾਂ 2 ਫਾੜ ਹੋ ਜਾਣੀਆਂ, ਲੋਕਾਂ ਦੇ ਕਨੈਕਸ਼ਨ 1 ਪਾਰ ਰਹਿ ਜਾਣੇ, ਅੱਧੀਆਂ ਜ਼ਮੀਨਾਂ 1 ਪਾਰ ਰਹਿ ਜਾਣੀਆਂ, ਲੋਕਾਂ ਨੂੰ ਸਰਵਿਸ ਰੋਡ ਦੀ ਲੋੜ ਵਾ, ਬਹੁਤ ਸਾਰੇ ਮੰਗ ਮਸਲੇ ਆ ਜਿਹੜੇ ਉਹ ਸਾਡੇ ਨਾਲ ਬੈਠ ਕੇ ਉਹਦਾ ਵਧੀਆ ਢੰਗ ਤਰੀਕੇ ਨਾਲ ਜਿਹੜਾ ਉਹ ਕੱਢਿਆ ਜਾਵੇ ਹੱਲ। ਉਹਨਾਂ ਚਿਰ ਜੇ ਨਾ ਸਾਡੇ ਹੱਲ ਨਿਕਲੇ ਤਾਂ ਭਾਈ 1 ਇੰਚ ਵੀ ਜਗ੍ਹਾ 'ਤੇ ਜਿਹੜੇ ਇਹਨਾਂ ਨੂੰ ਨਿਸ਼ਾਨਦੇਹੀ ਨਹੀਂ ਕਰਨ ਦੇਵਾਂਗੇ। ਹਮੇਸ਼ਾ ਲੋਕਾਂ ਦੇ ਹੱਕਾਂ ਵਾਸਤੇ ਖੜ੍ਹੇ ਹਾਂ। ਸਾਨੂੰ ਕੁਚਲ ਕੇ ਅੱਗੇ ਜਾ ਸਕਦੇ ਆ ਪਰ ਇਹ ਉੱਦਾਂ ਜ਼ਮੀਨ ਜਿਹੜੀ ਆ ਨਹੀਂ ਲੈ ਕੇ ਜਾ ਸਕਦੇ। ਜਥੇਬੰਦੀ ਜਿਹੜੀ ਆ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ। ਮੈਂ ਹਰਵਿੰਦਰ ਸਿੰਘ ਖਜਾਲਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਦੇਖੋ, ਇਸ ਚੀਜ਼ ਨੂੰ ਸਮਝਣਾ ਪਏਗਾ, ਜੋ ਬੜੇ ਲੰਬੇ ਸਮੇਂ ਤੋਂ ਇੱਕ ਸੋਚ ਤੁਰੀ ਆ ਰਹੀ ਸੀ 1947 ਤੋਂ ਬਾਅਦ ਆਮ ਲੋਕਾਂ ਨੂੰ, ਗਰੀਬਾਂ ਨੂੰ, ਮਜ਼ਲੂਮਾਂ ਨੂੰ, ਮਜ਼ਦੂਰਾਂ ਨੂੰ ਦਬਾਉਣ ਦੀ, ਇਹ ਸੰਘਰਸ਼ ਉਸ ਚੀਜ਼ ਨੂੰ ਲੈ ਕੇ ਆ। ਲੈਂਡ ਐਕੁਜ਼ੀਸ਼ਨ ਐਕਟ ਦੇ ਮੁਤਾਬਕ ਵੀ, 2013 ਦੇ ਮੁਤਾਬਕ ਵੀ, ਜਿਹੜਾ ਬਹੁ ਫਸਲੀ ਜ਼ਮੀਨ ਆ ਉਹਦੇ 'ਤੇ ਕਬਜ਼ਾ ਸਰਕਾਰ ਨੇ ਕਰਨਾ ਹੋਊਗਾ ਅਤੇ ਕਮ ਸੇ ਕਮ ਨੈਸ਼ਨਲ ਹਾਈਵੇ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ 70-75% ਲੋਕਾਂ ਦੀ ਸਹਿਮਤੀ ਲੈਣੀ ਜ਼ਰੂਰੀ ਆ। ਮੰਨ ਲਓ ਜੇ ਲੋਕ ਸਹਿਮਤੀ ਦੇ ਵੀ ਦਿੰਦੇ ਆ, ਹੁਣ ਜਿਹੜਾ ਲੋਕਾਂ ਨੂੰ ਜੋ ਕੀਮਤ ਜਾਂ ਮੁਆਵਜ਼ੇ ਦਿੱਤੇ ਗਏ ਆ ਉਹ ਦੇਖਣਾ ਪਊਗਾ ਵੀ ਉਹ ਕਿਸ ਤਰੀਕੇ ਨਾਲ ਦਿੱਤੇ ਗਏ ਆ, ਉਹਦੇ ਵਿੱਚ ਕਾਣੀ ਵੰਡ ਕਿਉਂ ਕੀਤੀ ਗਈ ਆ। ਇਹ ਗਰੀਬ ਲੋਕ ਜਿਨ੍ਹਾਂ ਨੂੰ ਦਬਾਇਆ ਗਿਆ ਪਰਚਿਆਂ ਦੇ ਨਾਂ 'ਤੇ, ਜ਼ੋਰ ਦੇ ਨਾਂ 'ਤੇ, ਪ੍ਰਸ਼ਾਸਨ ਦੇ ਨਾਂ 'ਤੇ, ਇਸ ਚੀਜ਼ ਨੂੰ ਲੈ ਕੇ ਜਥੇਬੰਦੀ ਇਹਨਾਂ ਦੀ ਆਵਾਜ਼ ਬਣੀ ਆ ਅਤੇ ਵਿੱਚ ਆਈ ਆ। ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ, ਸਾਡੀ ਕੋਈ ਜਿੱਦ ਨਹੀਂ, ਸਾਡੇ ਲਈ ਕੋਈ ਬਹੁਤਾ ਵੱਡਾ ਮਸਲਾ ਨਹੀਂ, ਅਸੀਂ ਸਿਰਫ ਇੱਕ ਆਮ ਲੋਕਾਂ ਦੀ ਆਵਾਜ਼ ਬਣ ਕੇ ਆਏ ਹਾਂ। ਜੋ SDM ਸਾਹਿਬ ਸਰਕਾਰ ਦੇ ਵਿੱਚ ਅਤੇ ਆਮ ਲੋਕਾਂ ਵਿੱਚ ਇੱਕ ਮਿਲਾਉਣ ਦਾ ਜਾਂ ਮੈਸੰਜਰ ਦਾ ਕੰਮ ਕਰਦੇ ਆ, ਅਸੀਂ ਅਪੀਲ ਕਰਦੇ ਹਾਂ ਉਹਨਾਂ ਨੂੰ, DC ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਆਵਾਜ਼ ਸੁਣਨੀ ਚਾਹੀਦੀ ਆ, ਗੱਲਬਾਤ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਆ, ਇਹਨਾਂ ਲੋਕਾਂ ਨੂੰ ਜੋ ਬਣਦਾ ਮੁਆਵਜ਼ਾ ਉਸ ਤਰਤੀਬ ਨਾਲ ਦੇਣਾ ਚਾਹੀਦਾ ਅਤੇ ਜਿਸ ਤਰੀਕੇ ਨਾਲ ਡਰਾ ਧਮਕਾ ਕੇ ਜਿਸ ਤਰੀਕੇ ਨਾਲ ਅੱਜ ਤੱਕ ਸਾਡੀਆਂ ਫਸਲਾਂ ਦਾ ਮੁੱਲ ਵਪਾਰੀ ਲਾਉਂਦੇ ਆਏ ਆ, ਉਸੇ ਤਰੀਕੇ ਦੇ ਨਾਲ ਸਾਡੀਆਂ ਜ਼ਮੀਨਾਂ ਦਾ ਮੁੱਲ ਵੀ ਇਹ ਕਾਰਪੋਰੇਟ ਨੇ ਲਾਉਣਾ ਸ਼ੁਰੂ ਕਰਤਾ। ਸਾਡੀਆਂ ਜ਼ਮੀਨਾਂ ਸਾਡੇ ਘਰਾਂ ਦੇ ਵਿੱਚ ਆ ਕੇ ਵੱਡੀ ਤਾਦਾਦ ਦੇ ਵਿੱਚ ਲਾਣਾ ਬਾਣਾ ਲਿਆ ਕੇ ਖੋਹਣੀਆਂ ਸ਼ੁਰੂ ਕਰਤੀਆਂ। ਇਹ ਲੜਾਈ ਉਸ ਤੰਤਰ ਦੀ ਸੋਚ ਦੇ ਖਿਲਾਫ ਆ। ਕਿਸਾਨੀ ਅੰਦੋਲਨ ਸਾਨੂੰ ਬਹੁਤ ਕੁਝ ਦੱਸ ਗਿਆ, ਉਸ ਅੰਦੋਲਨ ਤੋਂ ਸੇਧ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਭਾਂਬੜੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਲੈ ਕੇ ਉਸ ਜਗ੍ਹਾ ਦੇ ਉੱਪਰ ਬੈਠੀ ਆ ਜਿੱਥੇ ਪ੍ਰਸ਼ਾਸਨ ਅੱਜ ਕਬਜ਼ਾ ਲੈ ਕੇ ਆਇਆ ਸੀ। ਔਰ ਦੱਸਣਾ ਚਾਹੁੰਦਾ ਕਿਸੇ ਰੋਡ ਨੂੰ ਨਹੀਂ ਬਲੌਕ ਕੀਤਾ ਗਿਆ, ਇੱਥੇ ਸਿਰਫ ਉਸ ਪੈੜੀ ਦੇ ਵਿੱਚ ਬੈਠੇ ਆ ਜਿੱਥੇ ਇਹ ਨਿਸ਼ਾਨਦੇਹੀ ਲੈਣ ਆਏ ਸੀਗੇ। ਸਹਿਯੋਗੀ ਸੱਜਣ ਰਜਿੰਦਰਪਾਲ ਸਿੰਘ ਢਿੱਲੋਂ ਦੇ ਨਾਲ ਪ੍ਰਦੀਪ ਸਿੰਘ ਬੇਦੀ, ਕਾਦੀਆਂ, ਹਰਚੋਵਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਵਿਵੇਕ ਸੈਣੀ ਹੈ ਅਤੇ ਮੈਂ ਗੁਰਦਾਸਪੁਰ 'ਚ ਰਹਿੰਦਾ ਅਤੇ ਮੈਂ ਆਪਣਾ ਵੀਜ਼ਾ ਲਵਾਉਣ ਵਾਸਤੇ ਔਜ਼ੀ ਹਬ ਨੂੰ ਕੰਟੈਕਟ ਕੀਤਾ ਸੀ ਅਤੇ ਮੇਰਾ ਵੀਜ਼ਾ 10 ਤੋਂ 12 ਵਰਕਿੰਗ ਡੇਜ਼ ਵਿੱਚ ਆ ਗਿਆ ਹੈ ਅਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀਜ਼ਾ ਵੀ ਛੇਤੀ ਤੋਂ ਛੇਤੀ ਆਏ ਤਾਂ ਔਜ਼ੀ ਹਬ ਇਮੀਗ੍ਰੇਸ਼ਨ ਗੁਰਦਾਸਪੁਰ ਨੂੰ ਕੰਟੈਕਟ ਕਰੋ। ਜੇ ਇਹਨਾਂ ਵਾਂਗ ਤੁਸੀਂ ਵੀ ਸਾਰੇ ਸਟੂਡੈਂਟਸ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਕਰੋ ਸਾਡੇ ਆਫਿਸ ਔਜ਼ੀ ਹਬ ਇਮੀਗ੍ਰੇਸ਼ਨ ਗੁਰਦਾਸਪੁਰ ਬ੍ਰਾਂਚ ਵਿੱਚ। ਗੈਪ ਔਰ ਵਿਦਆਊਟ ਗੈਪ ਵਾਲੇ ਸਟੂਡੈਂਟਸ ਦੋਨੋਂ ਵਿਜ਼ਿਟ ਕਰੋ, ਉਹਨਾਂ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ਅਸੀਂ ਕਰਾਂਗੇ ਸਾਕਾਰ। ਥੈਂਕ ਯੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ।
ते हाँ नाल ही दोस्तों नू पेज लाइक करने दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।